ਵਾਈਬ੍ਰੇਟਿੰਗ ਜਿੰਨਾ ਹੋ ਸਕੇ ਦਸਤਾਰ ਨੂੰ ਗਿੱਲੀ ਨਾ ਕਰੋ। ਠੀਕ ਹੈ ਜੀ, ਸੁੱਕੀ ਦਸਤਾਰ ਬਣਨ ਦੀ ਕੋਸ਼ਿਸ਼ ਕਰੋ। ਦਸਤਾਰ ਦਾ ਜਿਹੜਾ ਰੰਗ ਹੈ ਉਹ ਗਿੱਲੀ ਕਰਨ ਨਾਲ ਨਹੀਂ ਮਿਲੇਗਾ, ਇਹਦੀ ਲਾਈਫ ਜ਼ਿਆਦਾ ਰਹਿੰਦੀ ਹੈ ਜੇ ਆਪਣਾ ਸੁੱਕੀ ਬੰਨਦੇ ਹਾਂ ਆਪਾਂ। ਅਤੇ ਵਾਈਬ੍ਰੇਟਿੰਗ ਧਿਆਨ ਰੱਖਣਾ ਹੈ ਜਦੋਂ ਪੂਣੀ ਕਰਨੀ ਹੈ, ਆਪਾਂ ਨੇ ਦਸਤਾਰ ਦੀ ਪੂਣੀ ਕਰਨੀ ਹੈ ਇੱਕ ਕਾਰਨਰ ਅਤੇ ਬੰਨ ਲੈਣਾ ਕਿਸੇ ਦਰਵਾਜ਼ੇ ਦੇ ਨਾਲ ਜਾਂ ਕਿਸੇ ਨੂੰ ਫੜਾ ਲੈਣਾ। ਠੀਕ ਹੈ ਵਾਹਿਗੁਰੂ ਜੀ। ਉਹ ਤੋਂ ਬਾਅਦ ਆਪਾਂ ਨੇ ਜਿਹੜੀ ਸੈਂਟਰ ਦੇ ਵਿੱਚ ਸਿਓਰ ਹੁੰਦੀ ਹੈ ਉਸ ਸਿਓਰ ਨੂੰ ਸੱਜੇ ਹੱਥ ਵਿੱਚ ਲੈ ਲੈਣਾ, ਸੱਜੇ ਹੱਥ ਵਿੱਚ ਲੈ ਕੇ ਉਹਦੇ ਬਰਾਬਰ ਸਾਹਮਣੇ ਖੱਬੇ ਹੱਥ ਫੜ ਲੈਣਾ। ਜਿਹੜਾ ਕਾਰਨਰ ਹੁੰਦਾ ਹੈ ਉਹ ਬਿਲਕੁਲ ਸੈਂਟਰ 'ਚ ਹੁੰਦਾ ਹੈ, ਬਿਲਕੁਲ ਸੈਂਟਰ 'ਚ। ਇਹਦੇ ਨਾਲ ਹੁਣ ਆਪਾਂ ਜਿਹੜਾ ਕੱਪੜਾ ਹੈ ਉਹਨੂੰ ਆਪਾਂ ਨੇ ਬਿਲਕੁਲ ਸੈਂਟਰ 'ਚ ਕਰਨਾ, ਜਿਹੜਾ ਸਾਈਡਾਂ 'ਤੇ ਕੱਪੜਾ ਹੈ ਗੋਲੇ ਕੰਨੀਆਂ ਨੂੰ ਆਪਾਂ ਨੇ ਸੈਂਟਰ 'ਚ ਕਰਨਾ। ਠੀਕ ਹੈ ਬਾਈ ਜੀ, ਦੇਖੋ ਸਾਰਾ ਕੱਪੜਾ ਸੈਂਟਰ 'ਚ ਕਰਕੇ, ਠੀਕ ਹੈ ਜੀ, ਜਿੰਨੀ ਕੁ ਤੁਹਾਨੂੰ ਲੋੜ ਹੈ ਆਪਣੇ ਹੱਥ ਦੇ ਅਕੋਰਡਿੰਗ ਜਿੰਨੀ ਕੁ ਤੁਹਾਨੂੰ ਚੜਾਈ ਚਾਹੀਦੀ ਹੈ ਆਪਾਂ ਉਸ ਹਿਸਾਬ ਨਾਲ ਦਸਤਾਰ ਨੂੰ ਚੱਕਣਾ ਹੈ। ਇਹਦਾ ਕਾਰਨ ਮੰਨ ਲਓ ਇੱਧਰ ਜ਼ਿਆਦਾ ਚੌੜਾ ਹੈ, ਆਪਾਂ ਨੂੰ ਅੰਦਰ ਕਰਕੇ ਇੱਥੋਂ ਸਾਈਡ ਤੋਂ ਹੋਰ ਚੱਕ ਲੈਣਾ। ਜੇ ਤੁਹਾਨੂੰ ਲੱਗਦਾ ਛੋਟੀ ਹੋ ਗਈ ਫਿਰ ਅੰਦਰੋਂ ਕੱਪੜਾ ਚੱਕ ਲੈਣਾ। ਠੀਕ ਹੈ ਬਾਈ ਜੀ, ਐਦਾਂ ਦਸਤਾਰ ਦੀ ਗੋਲੀ ਕਰਨੀ ਹੈ, ਸਾਫ਼ ਹੋਣੀ ਚਾਹੀਦੀ ਹੈ। ਇਹਦਾ ਕੱਪੜਾ ਜਿਹੜਾ ਹੈ ਉਹ ਸਾਰਾ ਸੈਂਟਰ ਦੇ ਵਿੱਚ ਹੋਣਾ ਚਾਹੀਦਾ ਸਾਨੂੰ, ਜਿਹਦੇ ਨਾਲ ਦਸਤਾਰ ਦੀ ਜਿਹੜੀ ਸ਼ੇਪ ਹੈ ਉਹ ਵਧੀਆ ਅਤੇ ਸੋਹਣੀ ਹੁੰਦੀ ਹੈ। ਠੀਕ ਹੈ ਬਾਈ ਜੀ, ਕਰੋ ਜੀ। ਕਾਰਨਰ ਇੱਧਰਲੇ ਸਾਈਡ ਦਾ, ਇੱਕ ਕਾਰਨਰ ਪਰਲੇ ਸਾਈਡ ਦਾ, ਦੋਨਾਂ ਨੂੰ ਚੱਕ ਲੈਣਾ ਬਰਾਬਰ। ਚੱਕ ਕੇ ਇੱਦਾਂ ਝਾੜਨਾ ਹੈ, ਇਹਦੇ ਵਿੱਚ ਜਿਹੜਾ ਕੱਪੜਾ ਹੋਊਗਾ ਉੱਪਰ ਉਹ ਥੱਲੇ ਚਲੇ ਜਾਊਗਾ। ਠੀਕ ਹੈ ਜੀ, ਇੱਥੇ ਨਾਲ ਦੀ ਨਾਲ ਚੈੱਕ ਕਰੀ ਜਾਣਾ, ਜੋ ਵੀ ਆਪਾਂ ਨੇ ਪੂਰੀ ਕਰੀ ਜਾਣੀ ਹੈ ਉਹਨੂੰ ਚੈੱਕ ਕਰ ਲੈਣਾ। ਹਲਕੀ ਜੀ ਸਿੰਗਲ ਗੱਟ ਦੇ ਜਾਣੀ ਹੈ ਆਪਣੇ ਹੱਥ 'ਚ। ਠੀਕ ਹੈ ਜੀ, ਇੱਦਾਂ ਕਰਕੇ ਦੋਵੇਂ ਕਾਰਨਰ ਇੱਧਰ ਵਾਲਾ ਅਤੇ ਇੱਧਰ ਵਾਲਾ ਸਾਰਾ ਕੱਪੜਾ ਸੈਂਟਰ ਕਰ ਲੈਣਾ। ਵਾਹਿਗੁਰੂ ਜੀ, ਇਹ ਜਿਹੜੀ ਗੱਠ ਆਪਾਂ ਨੇ ਇੱਧਰ ਸਾਈਡ ਮਾਰੀ ਹੈ ਇਹ ਤਾਂ ਮਾਰੀ ਹੈ ਕਿ ਜਿਹੜੀ ਆਪਣੀ ਦਸਤਾਰ ਦੀ ਪੂਣੀ ਆ ਉਹ ਖੁੱਲ੍ਹ ਨਾ ਜਾਵੇ। ਜ਼ਿਆਦਾਤਰ ਤੁਸੀਂ ਕੀ ਕਰਦੇ ਹੋ, ਦਸਤਾਰ ਦੀ ਪੂਣੀ ਖੋਲ੍ਹ ਲੈਂਦੇ ਹੋ, ਜਿਹਦੇ ਕਰਕੇ ਬਾਅਦ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਦਿੱਕਤ ਹੁੰਦੀ, ਆਪਣਾ ਟਾਈਮ ਹੈ ਜਿਹੜਾ ਉਹ ਜ਼ਿਆਦਾ ਖਰਾਬ ਹੁੰਦਾ। ਠੀਕ ਹੈ ਵਾਹਿਗੁਰੂ ਜੀ, ਇੱਦਾਂ ਹੀ ਆਪਾਂ ਨੇ ਅੱਗੇ ਚੱਲਦੇ ਜਾਣਾ ਹੈ, ਕਾਰਨ ਇੱਧਰਲਾ ਇੱਕ ਕਾਰਨ ਇੱਧਰਲਾ, ਦੋਹੇ ਚੱਕ ਕੇ ਕੰਨੀਆਂ ਨੂੰ ਆਪਾਂ ਨੇ ਬਰਾਬਰ ਕਰਨਾ ਹੈ। ਠੀਕ ਹੈ ਜੀ, ਪੂਣੀ ਸਾਫ਼ ਹੋਣੀ ਚਾਹੀਦੀ ਹੈ, ਬਿਲਕੁਲ ਸਾਫ਼ ਹੋਣੀ ਚਾਹੀਦੀ ਹੈ। ਠੀਕ ਹੈ ਜੀ, ਇੱਦਾਂ ਦਸਤਾਰ ਦੀ ਪੂਣੀ ਕਰਨੀ ਹੈ, ਜਿਹੜਾ ਇਹਦਾ ਕੱਪੜਾ ਹੁੰਦਾ ਬਿਲਕੁਲ ਸੈਂਟਰ 'ਚ ਹੋਣਾ।